ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5,000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਅਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ, ਲੋੜਵੰਦ ਬੱਚਿਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚੇ ਬੱਚਿਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰੱਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰੱਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰੱਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98 765 25 850। ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ, ਧਾਰਮਿਕ ਰਸਾਲਾ ਸਿਫਤ ਸਲਾਹ, ਇਸ ਵਿੱਚ ਅਧਿਆਤਮਿਕ ਵਿਚਾਰ, ਪੰਜ ਖੰਡ ਕੀ ਹਨ, ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ, ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ ਵੱਡੇ ਅਸਰ, ਅਨਮੋਲ ਵਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ, ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98 765 25 850। ਵਾਹਿਗੁਰੂ ਜੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਪ੍ਰਭ ਸਾਧ ਹੋਵੇ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਤਪ ਤਪ ਲੋਗੇ ਹੱਥ ਮਰੋੜਾ, ਬਾਵਲ ਮੋਈ ਸੋ ਸ਼ਾਲੋੜਾ, ਤੈਂ ਸੋ ਮਨ ਜੋ ਮਨ ਕੋਏ ਪਾਛੇ ਪਛਤਾਨੀ,
है सो पाए या हुए कृपाल का प्रभु मिलाए गदन खोई मोंद अकेली ना को सखी की मंगना कर कृपा प्रभु साध संग हर तेरे प्रभु साथ संग में या फिर देखा था मेरा अल्लाह बेली या फिर देखा था मेरा अल्लाह बेली अल्लाह बेली अल्लाह बेली अल्लाह बेली कर कृपा प्रभु बेली कर कृपा प्रभु वाट समार सवेरा कर कृपा प्रभु साध संग हरे कर कृपा प्रभु साध संग अंदरों मंगे साध संग मेली यहां पर देखा था मेरा अल्लाह Bye.
कर कृपा प्रभु साधु संग कर कृपा प्रभु साधु संग मंगो जी कर कृपा ਸਾਰੀ ਸੰਗਤ ਨੂੰ ਖੁੱਲ੍ਹੀ ਬੇਨਤੀ ਕਰਦਾ ਜਿਹੜੇ ਪੰਜ ਪਿਆਰੇ ਹੁੰਦੇ ਨਾ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਅੰਮ੍ਰਿਤ ਦੀ ਦਾਤ ਦਿੰਦੇ ਆ ਪੂਰੇ ਜੀਵਨ ਵਾਲੇ ਪੰਜ ਪਿਆਰਿਆਂ ਦੇ ਵਿੱਚ ਵੀ ਬਾਣਾ ਪਾਇਆ ਹੋਵੇ ਕਮਾਈ ਹੋਵੇ ਇਹ ਮੈਂ ਗੁਰੂ ਦੀ ਜ਼ੋਰੀ 'ਚ ਕਹਿ ਰਿਹਾ ਇੰਨੇ ਕੌਤਕ ਵਰਤਦੇ ਹੈ ਇੰਨੇ ਕੌਤਕ ਵਰਤਦੇ ਹੈ ਪ੍ਰਤੱਖ ਉਦੋਂ ਸਿਰ ਝੁੱਕ ਜਾਂਦਾ ਕਲਗੀਆਂ ਵਾਲੇ ਤੇਰੀ ਡਿਊਟੀ ਦੇਣ ਵਾਲਿਆਂ ਦੇ ਆਲੇ ਦੁਆਲੇ ਇੰਨੀ ਬਖਸ਼ਿਸ਼ ਹੈ ਤੈਂ ਕਿੱਡਾ ਵੱਡਾ ਹੋਵੇਗਾ ਆਖੋ ਵਿਲ ਪਾਵਰ ਇਹੋ ਜੀ ਵਿਲ ਪਾਵਰ ਮੇਰਾ ਗੁਰੂ ਗੋਬਿੰਦ ਸਿੰਘ ਅਮਰੀਕਾ ਵੀ ਹੈ ਮੇਰਾ ਗੁਰੂ ਗੋਬਿੰਦ ਸਿੰਘ ਆਸਟ੍ਰੇਲੀਆ ਵੀ ਹੈ ਇੱਥੇ ਵੀ ਹੈ ਪਤਾਲ 'ਚ ਵੀ ਹੈ ਇਹੋ ਜੀ ਭਾਵਨਾ ਸਤਿਗੁਰਾਂ 'ਤੇ ਬਣਾ ਕੇ ਪੱਤੇ ਪੱਤੇ ਵਿੱਚ ਵਸਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ ਮੇਰਾ ਬੜਾ ਦਿਲ ਕਰਦਾ ਇੱਕ ਕਿਤਾਬ ਲਿਖਾਂ ਉਹਦਾ ਨਾਂ ਰੱਖਾਂ ਬਾਤਾਂ ਅੰਦਰ ਦੀਆਂ ਬਾਤਾਂ ਅੰਦਰ ਦੀਆਂ
ਕਈ ਵਾਰੀ ਤੁਹਾਡੇ ਨਾਲ ਅੰਦਰ ਦੂਜੇ ਨੂੰ ਨਹੀਂ ਪਤਾ ਹੁੰਦਾ ਕੀ ਹੋ ਰਿਹਾ, ਉਹਨੂੰ ਨਹੀਂ ਪਤਾ ਹੁੰਦਾ ਤੁਹਾਡੇ ਅੰਦਰ। ਕਈ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਐਡੀਆਂ ਉਹ ਬਾਤਾਂ ਵਰਤਦੀਆਂ ਨੇ ਕਈ ਵਾਰੀ ਦਿਲ ਕਰਦਾ ਉਹਨੂੰ ਕਿਤੇ ਕਿਤਾਬ ਦੇ ਅੱਖਰਾਂ ਵਿੱਚ ਇਸ ਕਰਕੇ ਲਿਆਈਏ ਪਤਾ ਲੱਗ ਜਾਵੇ ਕਲਗੀਆਂ ਵਾਲਾ ਹਰ ਜਗ੍ਹਾ ਹੀ ਹਾਜ਼ਰ ਹੈ। ਆਖੋ ਸਤਨਾਮ, ਪੱਤੇ ਪੱਤੇ ਵਿੱਚ ਗੱਜ ਕੇ ਆਖੋ ਸਤਨਾਮ। ਸੋ ਸਤਿਗੁਰ ਪਿਆਰਾ ਜਿਹੜੇ ਨਾਲ ਐਸੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਭੋਰੇ ਬਣ ਜਾਂਦੇ। ਅੰਮ੍ਰਿਤ ਛਕਣਾ ਇੱਕ ਪਾਸੇ ਰਿਹਾ, ਸਤਿਗੁਰਾਂ ਦੀ ਨੌਕਰੀ ਕਰੋ, ਚੱਕਰੀ ਕਰੋ। ਮਹਾਰਾਜ ਜਿਹੜੇ ਨਹੀਂ ਇਸ ਰਸਨਾ ਕੋਲੋਂ ਇਹ ਵੀ ਸੇਵਾ ਲੈ, ਮੈਂ ਉਹਨਾਂ ਨੂੰ ਪ੍ਰੇਰਨਾ ਦਿਆਂ ਅਤੇ ਉਹ ਵੀ ਤੇਰੇ ਚਰਨਾਂ ਦੇ ਨਾਲ ਜੁੜ ਜਾ। ਆ ਸਾਡਾ ਪ੍ਰੇਮ ਪਿਆਰ ਉਸ ਪਿਆਰੇ ਦੇ ਨਾਲ। ਤੋ ਇੱਕ ਪ੍ਰਕਰਨ ਮਹਾਰਾਜ ਸੇਵਾ ਲੈ ਰਹੇ ਹੈ, ਬਾਬੇ ਨਾਨਕ ਦੇ ਸਕੂਲ ਦੀਆਂ ਕਲਾਸਾਂ, ਅੱਜ 12ਵੀਂ ਕਲਾਸ ਦੀ ਵਾਰੀ ਹੈ। ਇਹ ਕਲਾਸਾਂ ਮਿਲਦੀਆਂ ਕਿੱਥੋਂ ਨੇ? ਆ ਸੰਗਤ ਵਿੱਚ ਆ ਕੇ। ਇਹ ਮੇਰੇ ਅੰਦਰ ਦਾ ਵਿਚਾਰ ਹੈ, ਕੋਈ ਸਹਿਮਤ ਹੋਵੇ ਤੇ ਭਾਵੇਂ ਨਾ ਹੋਵੇ, ਕਿ ਜਿਵੇਂ ਹੁਣ ਦਿਨ ਗਰਮੀਆਂ ਦੇ ਆ ਗਏ ਆ, ਇਹਨਾਂ ਗਰਮੀਆਂ ਦੇ ਵਿੱਚ ਵੀ ਜਦੋਂ ਤੁਸੀਂ ਸਤ ਸੰਗਤ ਵਿੱਚ ਪਹੁੰਚਦੇ ਹੋ ਤੇ ਮੈਨੂੰ ਅੰਦਰੋਂ ਮਹਿਸੂਸ ਹੁੰਦਾ ਜਿਵੇਂ ਕਲਗੀਆਂ ਵਾਲੇ ਆ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਬੈਠੇ ਬੈਠੇ ਸੋਚਦੇ ਹੋਣਗੇ, ਜਿਹੜੀ ਸੰਗਤ ਗਰਮੀਆਂ 'ਚ ਵੀ ਨਾਗਾ ਨਹੀਂ ਪਾ ਰਹੀ, ਇਹਨਾਂ ਦੀ ਝੋਲੀ ਡਬਲ ਭਰ ਕੇ ਭੇਜਣੀ। ਆਖੋ ਸਤਨਾਮ। ਇਹ ਮੇਰੀ ਅੰਦਰ ਦੀ ਵਿਚਾਰ। ਛੁੱਟੀ ਵਾਲੇ ਦਿਨ ਸੰਗਤ ਕਰਨੀ ਗੱਲ ਹੋਰ ਹੈ, ਵਰਕਿੰਗ ਦਿਨ ਕਾਰੋਬਾਰ ਨੂੰ ਪਰਿਵਾਰ ਨੂੰ ਦੋ ਨੰਬਰ 'ਤੇ ਰੱਖ ਕੇ ਗੁਰੂ ਦੀ ਸੰਗਤ ਗੱਲ ਹੋਰ। ਆਖੋ ਸਤਿਨਾਮ। ਇੱਕ ਏਸੀ ਹਾਲ ਹੈ, ਉੱਥੇ ਸਤਸੰਗ ਕਰਨਾ ਅਲੱਗ ਗੱਲ ਹੈ, ਅਤੇ ਇਸ ਤਰ੍ਹਾਂ ਖੁੱਲ੍ਹੇ ਪੰਡਾਲ ਵਿੱਚ ਥੋੜ੍ਹੀ ਥੋੜ੍ਹੀ ਗਰਮੀ ਵੀ ਸਹਾਰਨੀ, ਉਹਦੀ ਕਿਰਪਾ। ਅਤੇ ਸੰਗਤ ਸਾਰੀ ਅਰਦਾਸ ਇੱਕ ਜ਼ਰੂਰ ਕਰਿਓ, ਆਹ ਜਿਹੜੀ ਗਰਮੀ ਹੈ ਨਾ, ਗੁਰੂ ਗੋਬਿੰਦ ਸਿੰਘ ਇੱਕ ਕਿਰਪਾ ਕਰੀ, ਆਹ ਜਿਹੜੀ ਗਰਮੀ ਹੈ ਤਨ ਨੂੰ ਭਾਵੇਂ ਮਹਿਸੂਸ ਹੋ ਜਾਵੇ, ਪਰ ਇੱਕ ਕਿਰਪਾ ਕਰੀ ਸਾਡੇ ਮਨ ਨੂੰ ਗਰਮੀ ਨਾ ਲੱਗੇ। ਆ ਤੁਹਾਡੇ ਚੋਂ ਜਿਹਦੇ ਮਨ ਨੂੰ ਗਰਮੀ ਲੱਗ ਗਈ ਨਾ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਜਿਹਦੇ ਮਨ ਨੂੰ ਗਰਮੀ ਲੱਗਣੀ ਸ਼ੁਰੂ ਹੋ ਜਾਵੇ, ਉਹਦੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ, ਚੱਲ ਉੱਠ ਚੱਲੀਏ, ਗਰਮੀ ਬੜੀ ਲੱਗਦੀ ਪਈ, ਹੁਣ ਮਨ ਨੂੰ ਲੱਗਣ ਲੱਗ ਪਈ, ਇਹਨੂੰ ਨਾ ਲੱਗੇ। ਇਹ ਮਨ ਨੂੰ ਗਰਮੀ ਤੋਂ ਕਿਵੇਂ ਬਚਾਇਆ ਜਾ ਸਕਦਾ? ਜਦੋਂ ਤੁਹਾਡੇ ਮਨ ਨੂੰ ਗਰਮੀ ਲੱਗੇ, ਚੱਲੀਏ ਗਰਮੀ ਲੱਗ ਰਹੀ, ਇਹ ਮਨ ਨੂੰ ਲੱਗ ਗਈ। ਜਦੋਂ ਤੁਹਾਡੇ ਮਨ ਨੂੰ ਗਰਮੀ ਲੱਗਣ ਲੱਗੇ ਤੇ ਬਾਬਾ ਆਨੰਦ ਸਿੰਘ ਜੀ ਦਾ ਬਚਨ ਸੁਣਾਇਆ ਕਰੋ। ਬਾਬਾ ਜੀ ਕਹਿੰਦੇ, ਜਿਹੜੀ ਗਰਮੀ ਸੰਗਤ ਵਿੱਚ ਸਹਾਰ ਲਏਗਾ, ਕਈ ਗੁਣਾ ਨਰਕਾਂ ਦੀ ਗਰਮੀ ਕੱਟੀ ਜਾਏਗੀ। ਆਖੋ ਸਤ ਮਹਾਂਪੁਰਸ਼ਾਂ ਦੇ ਬਚਨ, ਫਿਰ ਮਨ ਨੂੰ ਵੀ ਗਰਮੀ ਨਹੀਂ ਲੱਗਣੀ। ਅਸੀਂ ਫਲਾਣੀ ਜਗ੍ਹਾ ਜੀ ਧੱਕੇ ਬੜੇ ਪੈਂਦੇ, ਸੰਗਤ ਤਾਂ ਹੈਗੀ ਹੈ, ਹੱਠ ਬੜਾ ਜੀ। ਬਾਬਾ ਆਨੰਦ ਸਿੰਘ ਜੀ ਕਹਿੰਦੇ,
संगत विच गुरु नानक का वरतारा समझिया करो। गुरु नानक का वरतारा जे किते धक्का पै भी गया तो समझ लो गुरु नानक ने धक्का मरवाता। बाबा जी कहिंदे जे किते संगत च धक्का पै जावे तो कई गुणा जमा दे धक्के तेरे कर्मां चों कट्टे जांदे। विल पावर रखनी है। और सारी संगत विच कोई डॉक्टर बैठा होवे उन्हूं पुछ लो जिहदे मन नूं गर्मी लगे। ये मैं तां तुहानूं कह रहा जरा पक्के जिहदे मन नूं गर्मी लगे कोई संगत डॉक्टर बैठा होवे उन्हूं पुछ लेना तुहानूं डॉक्टर कहणगे हर वेले भी एसियां च रहना ठीक नहीं। डॉक्टरां दी बोली कि हर वेले भी एसियां च रहना ठीक नहीं, कदी कदी पसीना भी आना चाहिए। ये डॉक्टरां दी बोली है कि जदों तुहानूं पसीना आंदा बाहर निकलदा कई बीमारियां नाल बाहर निकल जांदी। ये डॉक्टरां दी बोली है। बाबे नानक दे स्कूल दी 12वीं क्लास कुछ संगत नवी आई होंदी है ते पहलियां 11 क्लासां वो केवल बोल के लंघदे आ, फिर 12वीं क्लास दी मेरे महाराज सेवा लैण डिटेल नाल एक बारी फिर कृपा करियो। सारी संगत ये क्लासां कित्थों मिलणगियां जी। कर कृपा प्रभ साध कर कृपा प्रभु साध संत मेरी। कर कृपा प्रभु साध संत मेरी। गुरु नानक दे स्कूल दी पहली क्लास ਇਹ ਵੀ ਬਾਬਾ ਜੀ ਦੇ ਸਾਡੇ ਪਿਤਾ ਜੀ ਦੇ ਵੀ ਸਕੂਲ ਦੀਆਂ ਕਲਾਸਾਂ ਜਿਵੇਂ ਦੁਨਿਆਵੀ ਸਕੂਲ। ਇਹ ਪਹਿਲੀ ਕਲਾਸ ਜਿਹੜਾ ਤੁਹਾਡੇ 'ਚੋਂ ਪਹਿਲੀ 'ਚ ਹੋਏਗਾ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਉੱਦਮ ਕਰਦਾ। ਅਰਥ ਨਹੀਂ ਪਤਾ, ਰਸ ਨਹੀਂ ਪਤਾ, ਇੰਨਾ ਪਤਾ ਤੂੰ ਕਰ ਪਾਠ ਜਪਜੀ ਸਾਹਿਬ ਬੱਚੇ ਨੂੰ ਕਰ ਪੰਜ ਪੌੜੀ ਵੱਡੇ ਵੀ। ਪਹਿਲੀ ਕਲਾਸ ਉਦਮ ਤੇ ਕੀਤਾ ਗੁਟਕਾ ਸਾਹਿਬ ਤੇ ਫੜਿਆ। ਗੁਰੂ ਨਾਨਕ ਦੇ ਸਕੂਲ ਦੀ ਦੂਜੀ ਕਲਾਸ ਮਨ ਪੁਣਿਆ ਜਾਂਦਾ। ਸੁਣਿਓ, ਸੰਗਤ ਕਰਦਿਆਂ ਕਰਦਿਆਂ ਮਨ ਪੁਣਿਆ ਜਾਂਦਾ, ਚੰਗੇ ਬੰਦੇ ਦੀ ਪਛਾਣ ਹੋ ਜਾਂਦੀ ਹੈ। ਬੰਦੇ ਛੱਡੇ ਨਹੀਂ, ਅਜੇ ਪਛਾਣ ਹੋ ਗਈ, ਪੁਣਿਆ ਗਿਆ। ਬਾਬੇ ਨਾਨਕ ਦੇ ਸਕੂਲ ਦੀ ਤੀਜੀ ਕਲਾਸ ਚੰਗੇ ਕੰਮਾਂ ਵੱਲ ਰੁਚੀ ਵਧਣੀ ਸ਼ੁਰੂ ਹੋ ਜਾਂਦੀ ਹੈ ਅਤੇ ਮਾੜੇ ਕੰਮਾਂ ਵੱਲ ਰੁਚੀ ਘਟਣੀ ਸ਼ੁਰੂ ਹੋ ਜਾਂਦੀ। ਬਾਬੇ ਨਾਨਕ ਦੇ ਸਕੂਲ ਦੀ ਚੌਥੀ ਕਲਾਸ ਇੰਦਰੀਆਂ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਅੱਖਾਂ ਦੀਆਂ ਇੰਦਰੀਆਂ, ਕੰਨਾਂ ਦੀ, ਰਸਨਾ ਦੀ ਇੰਦਰੀ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ। ਕੀ ਵੇਖਣਾ ਕੀ ਨਹੀਂ ਵੇਖਣਾ, ਕੀ ਖਾਣਾ ਕੀ ਨਹੀਂ ਖਾਣਾ। ਬਾਬੇ ਨਾਨਕ ਦੇ ਸਕੂਲ ਦੀ 5ਵੀਂ ਕਲਾਸ ਕੁਝ ਪੁੰਨ ਦਾਨ ਵੱਲ ਰੁਚੀ ਵੱਧ ਜਾਂਦੀ ਹੈ। ਬਾਬੇ ਨਾਨਕ ਦੇ ਸਕੂਲ ਦੀ 6ਵੀਂ ਕਲਾਸ ਗੁਰਬਾਣੀ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਂਦਾ। ਬਾਬੇ ਨਾਨਕ ਦੇ ਸਕੂਲ ਦੀ 7ਵੀਂ ਕਲਾਸ ਗੁਰਬਾਣੀ ਦੀ ਡੂੰਘਾਈ ਵਿੱਚ ਜਾਣਾ ਸ਼ੁਰੂ ਹੋ ਜਾਂਦਾ। ਚੁੱਪੀ ਮਾਰਨਾ ਪੈਂਦਾ ਅਰਥਾਂ ਵਿੱਚ। ਗੁਰੂ ਨਾਨਕ ਦੇ ਸਕੂਲ ਦੀ 8ਵੀਂ ਕਲਾਸ ਖਾਣ ਵਿੱਚ ਅਤੇ ਹੋਰ ਕਿਰਿਆ ਵਿੱਚ ਸਾਦਗੀ ਆ ਜਾਂਦੀ ਹੈ। ਉਹ ਸਾਰੇ ਬਚਨ ਤੁਸੀਂ ਸੁਣੇ ਆ, ਫਰੀਦ ਜੀ ਕੀ ਖਾਂਦੇ ਸੀ, ਗੁਰੂ ਅਮਰਦਾਸ ਜੀ ਕੀ ਖਾਂਦੇ ਸੀ, ਸਾਈਂ ਮੀਆਂ ਮੀਰ ਕੀ ਖਾਂਦੇ, ਇਹ ਵੇਰਵੇ ਤੁਸੀਂ ਸਾਰੇ ਸਰਵਣ ਕੀਤੇ। ਇਹ 8ਵੀਂ ਕਲਾਸ ਹੈ, ਖਾਣ ਵਿੱਚ ਸਾਦਗੀ ਆ ਜਾਂਦੀ ਹੈ।
ਬਾਬੇ ਨਾਨਕ ਦੇ ਸਕੂਲ ਦੀ ਨੌਵੀਂ ਕਲਾਸ ਪਹਿਰਾਵੇ ਵਿੱਚ ਵੀ ਸਾਦਗੀ ਆ ਜਾਂਦੀ। ਬਾਬੇ ਨਾਨਕ ਦੇ ਸਕੂਲ ਦੀ ਦਸਵੀਂ ਕਲਾਸ ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਗੱਜ ਕੇ ਆਖੋ ਸਤਨਾਮ। ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ। ਬਾਬੇ ਨਾਨਕ ਦੇ ਸਕੂਲ ਦੀ ਗਿਆਰਵੀਂ ਕਲਾਸ ਵਿਛੋੜਾ ਮਹਿਸੂਸ ਹੋਣ ਕਰਕੇ ਮਨ ਵੈਰਾਗ ਵਿੱਚ ਰਹਿਣਾ ਸ਼ੁਰੂ ਹੋ ਜਾਂਦਾ, ਵੈਰਾਗ 'ਚ ਰਹਿੰਦਾ। ਹੁਣ ਅਵਸਥਾ ਮੈਂ ਦੱਸ ਨਹੀਂ ਸਕਦਾ ਗਿਆਰਵੀਂ ਕਲਾਸ ਅਤੇ ਤੁਸੀਂ ਜਿੰਨਾ ਨੇਮ ਕਰੋਗੇ ਨਾ ਤੁਹਾਨੂੰ ਜਾਪੇਗਾ, ਅਜੇ ਵੀ ਘੱਟ ਹੈ ਹੋਰ ਹੋਵੇ ਆਖੋ ਸਤਨਾਮ। ਹਾਂ 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 ਤੁਸੀਂ ਹੋਰ ਨੇਮ ਵਧਾਓਗੇ ਅੰਦਰੋਂ ਇੰਨੀ ਭੁੱਖ ਲੱਗੇਗੀ ਤੇਰਾ ਅਜੇ ਵੀ ਨੇਮ ਘੱਟ ਹੈ, ਵੈਰਾਗ 'ਚ ਰਹੇਗਾ ਅਜੇ ਵੀ ਘੱਟ ਹੈ। ਅਤੇ ਅੱਜ ਬਾਰਵੀਂ ਕਲਾਸ ਕਿਹੜੀ ਹੈ? ਸਤਿਗੁਰੂ ਸੇਵਾ ਲੈਣ ਇੱਕ ਵਾਰੀ ਫਿਰ ਕਿਰਪਾ ਕਰੋ। ਇਹ ਕਲਾਸਾਂ ਮਿਲਦੀਆਂ ਕਿੱਥੋਂ ਨੇ? ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ, ਕਰ ਫਿਰ ਦੇਖਾਂ ਤਾਂ ਮੇਰਾ ਅੱਲਾ ਦਿੱਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਦਿੱਲੀ, ਹਰ ਕਿਰਪਾ ਰੱਖੋ ਜੀ ਸਤਨਾਮ। ਬਾਰਵੀਂ ਕਲਾਸ ਜਿੰਨੀ ਸੰਗਤ ਅਰਦਾਸ ਕਰਿਓ ਬਾਰਵੀਂ ਕਲਾਸ ਤੁਹਾਡੀ ਵੀ ਝੋਲੀ 'ਚ ਪਵੇ ਮੇਰੀ ਵੀ। ਬਾਰਵੀਂ ਕਲਾਸ ਬਹੁਤ ਧਿਆਨ ਦੇਣਾ। ਬਾਬੇ ਨਾਨਕ ਦੇ ਸਕੂਲ ਦੀ ਬਾਰਵੀਂ ਕਲਾਸ ਸਭ ਤੋਂ ਵੱਡਾ ਰੋਗ ਹਉਮੈ ਦਾ ਉਹਦੇ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਆਖੋ ਸਤਨਾਮ। ਬਹੁਤ ਧਿਆਨ ਦੇਣਾ ਬਾਰਵੀਂ ਕਲਾਸ। ਮੈਂ ਕੀ ਸਵਾਦ ਦੱਸਾਂ ਇਹਦਾ ਸਟੇਜ ਤੋਂ। ਬਾਰਵੀਂ ਕਲਾਸ ਇਹ ਸਭ ਤੋਂ ਵੱਡਾ ਰੋਗ ਹਉਮੈ ਦਾ ਉਹਦੇ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਗਿਆ, ਕਿਰਪਾ ਹੋ ਗਈ। ਬੜੀ ਪਿਆਰੀ ਕਲਾਸ, ਐਡੀ ਪਿਆਰੀ ਕਲਾਸ ਹੈ ਕਿ ਇਹ ਬਾਰਵੀਂ ਕਲਾਸ ਤੁਹਾਨੂੰ ਜਿਹਨੂੰ ਇਹ ਪ੍ਰਾਪਤ ਹੋ ਜਾਏ ਸਾਧ ਸੰਗਤ ਕਲਗੀਆਂ ਵਾਲਾ ਉਹਦੇ ਨਾਲ ਹੀ ਹੈ। ਆਖੋ ਸਤਨਾਮ। ਹੋ
साध संग जिन हों में मारी 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 बोलो भैनो साध संग नानक ता को मिले मुरारी नानक ता को मिले मुरारी नानक देखो बाणी है बाणी ने मने गुरबाणी दी पंक्ति ता बोली दी है सच्ची सरकार दी मोर लग साध संग जिन होमे मारी नानक तांको मिले चारक बचन ए होमे बारे निम्रता बारे कि बारहवीं क्लास सब तो बड़ा रोग होमे दा उस पे थोड़ा कंट्रोल हो जाएगा या कंट्रोल होना शुरू हो जाएगा सत्तर अस्सी पैसे सठ पैसे कवर कर जाओगे ए यदि होमे मर गई जसवंत सिंह नेकी उनकी किताब है गुरमत मनोविज्ञान उनका एक बचन है मैनु बड़ा चंगा लगा आप जी दे चरणा च रख रहे हैं जरा ध्यान देना ये उनका बचन है कहिंदे जेड़ा बड़ा प्यारा बचन जी बड़े ध्यान तुहाडे चों कहिंदे जेड़ा संगत चों जेड़ा निम्रता का अभ्यास करता है कहिंदे वो सब तो तकड़ा है आखो सतनाम वो ध्यान देना संगत विच जेड़ा निम्रता का अभ्यास ये भी अभ्यास है कई बार पता नहीं गुरु चेक करता के तुहाडा नाम नहीं बोलिया या तुहानू फलानी जगह माण के ते गुरु चेक करदा कहिंदे उदों अभ्यास कर निम्रता दा चल नहीं मिलिया माण कहिंदे जिहड़ा निम्रता दा अभ्यास करदा वह सब तो तकड़ा गज के आखो सतनाम देखो होर भी अभ्यास है किसी मारना किवें है और भी अभ्यास है किसी केड़े दाना फड़ना है और भी अभ्यास है गोली किवें चलानी है और भी अभ्यास है पर उन्हां दा एक बचन है कहिंदे जिहड़ा निम्रता का अभ्यास करता है सब तो तकड़ा है क्यों ये अभ्यास सब तो औखा गज के आखो सतनाम ये बारहवीं क्लास बारे अखंड कीर्तनी जथे दे भाई रामा जी होए भाई रामा सिंह जी उन्हां दा एक बचन है बड़े ध्यान नाल सुनियो मैनूं बड़ा चंगा लगा कहिंदे होमे विच डुब्या होया मनुख होमे विच डुब्या होया मनुख घालणा घालण दे बावजूद भी मंजिल ते नहीं पहुंचता आखो सतनाम किसी ने बड़ी घालना घाली चार बजे उठाया बड़ी घालना घाली रात जागया बड़ी घालना घाली कई कुछ किया पर एक होमे नू कंट्रोल नहीं कर सकिया घालना घालण दे बावजूद भी मंजिल नहीं मिलेगी आखो सतनाम मंजिल नहीं मिलेगी तीजा बचन महापुरशां दा वो भी बड़ा अच्छा लगा आप जी दे चरणा च रख ये तीसरा बचन भाई पिंदरपाल सिंह जी का गुरमुख प्यारिया किताबां च बड़ी डूंगाई वाला ते ध्यान नाल सुनियो वो बचन है उन्हां दा कि निम्रता शुभ गुणा विच्चों निम्रता शुभ गुणा विच्चों ऐसा शुभ गुण है
ਨਿਮਰਤਾ ਵੱਲ ਆਪ ਵੀ ਸ਼ਾਂਤ ਹੁੰਦਾ ਅਤੇ ਸਾਰੇ ਸੰਸਾਰ ਵਿੱਚ ਸ਼ਾਂਤੀ ਬਣਾਉਣ ਵਿੱਚ ਸਹਿਯੋਗ ਦਿੰਦਾ ਹੈ। ਆਖੋ ਸਤਨਾਮ। ਬੜਾ ਡੂੰਘਾ ਵਚਨ ਹੈ। ਆ ਜਿੰਨੇ ਤੁਸੀਂ ਇਸ ਵੇਲੇ ਬੈਠੇ ਹੋ, ਜਿਹਦੇ ਕੋਲ ਨਿਮਰਤਾ, ਉਹਦਾ ਇੱਕ ਤਾਂ ਆਪ ਸ਼ਾਂਤ ਰਹੇਗਾ, ਦੂਸਰਾ ਉਹਦਾ ਵਾਧਾ ਹੈ ਕਿ ਜੇ ਕਿਤੇ ਘਰ 'ਚ ਕੋਈ ਦੋ ਗਰਮ ਹੋ ਗਏ, ਮੁਹੱਲੇ 'ਚ ਦੋ ਗਰਮ ਹੋ ਗਏ, ਰਿਸ਼ਤੇ 'ਚ ਕੋਈ ਚਾਰ ਗਰਮ ਹੋ ਗਏ ਨੇ, ਉਹਨਾਂ ਵਿੱਚ ਵੀ ਸ਼ਾਂਤੀ ਬਣਾਉਣ ਵਿੱਚ ਆਪਣੀ ਸੇਵਾ ਨਿਭਾਏਗਾ। ਗੱਜ ਕੇ ਆਖੋ ਸਤਨਾਮ। ਇਹ ਭਾਈ ਕੇਂਦਰਪਾਲ ਸਿੰਘ ਗੁਰਮੁਖ ਪਿਆਰੇ ਨੇ ਵਚਨ, ਨਿਮਰਤਾ ਐਸਾ ਸ਼ੁਭ ਗੁਣ ਹੈ। ਨਿਮਰਤਾ ਵਾਲਾ ਸ਼ੁਭ ਗੁਣ ਜਿਹਦੇ ਕੋਲ ਹੈ, ਉਹ ਆਪ ਵੀ ਸ਼ਾਂਤ ਰਹਿੰਦਾ ਅਤੇ ਜਗਤ ਵਿੱਚ ਵੀ ਸ਼ਾਂਤੀ ਬਣਾਉਣ ਵਿੱਚ ਸਹਾਈ ਹੁੰਦਾ। ਗੱਜ ਕੇ ਆਖੋ ਸਤਨਾਮ। ਅਤੇ ਇੱਕ ਚੌਥਾ ਵਚਨ, ਇਹ ਅੱਜ ਦੀ 12ਵੀਂ ਕਲਾਸ ਬਾਰੇ, ਇਹ ਮੇਰੇ ਚੌਥੇ ਵਚਨ ਨੇ ਮੇਰੇ ਕੰਨ ਖੜੇ ਕਰਤੇ, ਮੈਂ ਹੈਰਾਨ ਹੀ ਹੋ ਗਿਆ। ਸਾਰੀ ਸੰਗਤ ਅੱਜ ਪੱਲੇ ਬੰਨੇ, ਅਤੇ ਮਾਰ ਲਓ ਹੋਮੇ ਨੂੰ, ਕੀ ਦੱਸਾਂ ਮੈਂ ਸਵਾਦ ਇਹਦਾ। ਵੇਖੋ ਕਿਵੇਂ ਟਿਕਾਣੇ ਜਾਂਦੀਆਂ ਸਭ ਕੁਝ ਚੀਜ਼ਾਂ। ਇਹ ਚੌਥਾ ਵਚਨ ਵੀ ਮਹਾਂਪੁਰਸ਼ਾਂ ਦਾ ਬੜਾ ਪਿਆਰਾ ਵਚਨ, ਉਹ ਕੀ ਹੈ? ਕਹਿੰਦੇ ਜਿੱਥੇ ਹਉਮੈ ਹੁੰਦੀ ਹੈ। ਇਹ ਵੀ ਮਹਾਂਪੁਰਸ਼ਾਂ ਦਾ ਵਚਨ ਜੇ, ਬੜਾ ਇਹ ਵਚਨ ਮੇਰੇ ਕੰਨ ਖੜੇ ਕਰ। ਕਹਿੰਦੇ ਜਿੱਥੇ ਹਉਮੈ ਹੁੰਦੀ ਹੈ ਉੱਥੇ ਰੱਬ ਵੀ ਗੈਰ ਹਾਜ਼ਰ ਹੋ ਜਾਂਦਾ ਹੈ। ਗੱਜ ਕੇ ਆਖੋ ਸਤਨਾਮ। ਹਉਮੈ ਇੰਨੀ ਭੈੜੀ ਹੈ ਕਿ ਰੱਬ ਕਹਿੰਦਾ ਜਿੱਥੇ ਹਉਮੈ ਹੈ ਉੱਥੇ ਹੁਣ ਮੈਂ ਵੀ ਗੈਰ ਹਾਜ਼ਰ ਹਾਂ, ਤੇਰੀ ਹਾਜ਼ਰੀ ਮੈਂ ਨਹੀਂ। ਗੱਜ ਕੇ ਆਖੋ ਸਤਨਾਮ। ਉਹਨੂੰ ਪਾਉਂਦੀ ਨਹੀਂ, ਪਾਉਂਦੀ ਨਹੀਂ। ਇਸੇ ਤਰ੍ਹਾਂ ਟਿਕਾਓ ਬਖਸ਼ਣਾ, 10-12 ਮਿੰਟ ਹੋਰ, ਨਾਲ ਨਾਲ ਮੋਹਰ ਲਵਾਇਓ ਪਿਆਰ ਨਾਲ ਜੀ। ਹਉਮੈ ਤੇ ਕੰਟਰੋਲ ਹੋਣਾ ਸ਼ੁਰੂ ਹੋਇਆ। ਮੈਂ ਇਹਦਾ ਸਵਾਦ ਦੱਸ ਨਹੀਂ ਸਕਦਾ। ਤੁਸੀਂ ਸਟੇਜ ਤੇ ਬੈਠੇ ਹੋ, 25,000 ਬੰਦਾ ਕੀਰਤਨ ਸੁਣ ਰਿਹਾ ਹੋਵੇ, ਤੁਹਾਡੇ ਕੀਰਤਨ ਸਦਕਾ ਉਹ ਜੁੜ ਜੇ। ਪਰ ਜਿੰਨੇ ਇਹ 12ਵੀਂ ਕਲਾਸ ਸਮਝੀਏ, ਉਹ ਕੀਰਤਨ ਕਰਨ ਤੋਂ ਬਾਅਦ ਇੱਕ ਪਾਠ ਜਪਜੀ ਸਾਹਿਬ ਹਾਜ਼ਰੀ ਲਾਏਗਾ, ਬਾਬਾ ਨੰਦ ਸਿੰਘ ਦੇ ਵਚਨ ਕਮਾਏਗਾ, ਗੁਰੂ ਨਾਨਕ ਕੀਰਤਨ ਤੋਂ ਕਰਾਇਆ ਹੈ। ਔਰ ਅੰਦਰੋਂ ਮੈਂ ਕੀ ਦੱਸਾਂ, ਇਹ ਉਹਨੂੰ ਇੱਕ ਗਿਆਨ ਹੋ ਜਾਂਦਾ। ਕੋਈ ਤਾਕਤ ਹੈ ਮਗਰ ਉਹ ਕੰਮ ਕਰ ਰਹੀ ਹੈ, ਉਹ ਨਾ ਹੋਵੇ ਗਲਾ ਹੀ ਨਹੀਂ ਚੱਲ ਸਕਦਾ। ਆਖੋ ਸਤਨਾਮ। ਔਰ ਇਹ 12ਵੀਂ ਕਲਾਸ ਸਭ ਤੋਂ ਵੱਡਾ ਰੋਗ ਹਉਮੈ ਦੀਰਘ ਰੋਗ ਹੈ।
ਇਹਦੇ 'ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ 12ਵੀਂ ਕਲਾਸ। ਇਹ ਸੰਗਤ ਅੱਜ ਧਿਆਨ ਦੇਣਾ, ਸਾਡੇ ਸਤਿਗੁਰਾਂ ਨੇ ਵੀ ਗਰੀਬੀ ਕਮਾਈ ਹੈ। ਪ੍ਰਿੰਸੀਪਲ ਸਤਵੀਰ ਸਿੰਘ ਦੀਆਂ ਕਿਤਾਬਾਂ ਪੜ੍ਹੋ, ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਡੀ ਵਡਿਆਈ 1430 ਅੰਗਾਂ 'ਤੇ ਕਿਤੇ ਵੀ ਤੁਹਾਨੂੰ ਮੈਂ ਵੀ ਬੋ ਨਹੀਂ ਆਏਗੀ। ਗੁਰੂ ਨਾਨਕ ਸਾਹਿਬ ਨੇ ਇੰਨੀ ਗਰੀਬੀ ਕਮਾਈ, ਆਪਣੇ ਨਾਂ ਦੇ ਨਾਲ ਕਦੀ ਕਰੋ ਸਹਿਜ ਪਾਠ, ਕਿਤੇ ਨੀਚ ਲਫਜ਼ ਆਏ, ਕਿਤੇ ਮੂਰਖ ਲਫਜ਼ ਆ ਜਾਏਗਾ, ਕਦੀ ਦੀਵਾਨਾ ਲਫਜ਼ ਆਪਣੇ ਨਾਂ ਨਾਲ, ਬਿਤਾਲਾ ਦਾਸ ਗੋਲਾ। ਸਾਰੀ ਜਿੰਨੀ ਗੁਰਬਾਣੀ ਕਿਧਰੇ ਮੈਂ ਦੀ ਬੋਹ ਹੈ ਹੀ ਨਹੀਂ, ਮਤਲਬ ਉਹ ਲਫਜ਼ ਮੈਨੂੰ ਬੋਲਣੇ ਵੀ ਔਖੇ ਆ। ਕਿਤੇ ਕਿਤੇ ਬਾਬਾ ਜੀ ਨੇ ਆਪਣੇ ਆਪ ਨੂੰ ਭੂਤਨਾ ਪਤਾਲਾ ਮੂਰਖ ਨੀਚ। ਸ੍ਰਿਸ਼ਟੀ ਦੇ ਮਾਲਕ ਨੇ ਫੁਰਨਾ ਬਣਾਉਣ ਸ੍ਰਿਸ਼ਟੀ ਨਾਸ ਹੋ ਸਕਦੀ, ਫੁਰਨਾ ਬਣਾਉਣ ਸ੍ਰਿਸ਼ਟੀ ਪੈਦਾ ਹੋ ਸਕਦੀ। ਗੁਰੂ ਨਾਨਕ ਇੰਨਾ ਵੱਡਾ ਆਖੋ ਸਾਧੂ, ਸਾਡੀ ਗਰੀਬੀ ਨਾਨਕ ਨੀਚ ਕਹੇ ਵਿਚਾਰ ਆਪਣੇ ਨਾਂ ਨਾਲ ਇਹ ਲਿਖਦੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਭਰਨ ਦੀ ਤਰਿਆ ਮੈਂ ਮੂਰਖ ਕੀ। ਸਾਡੇ ਸਤਿਗੁਰਾਂ ਨੇ ਵੀ ਗਰੀਬੀ ਕਮਾਈ, ਗੁਰੂ ਨਾਨਕ ਸਾਹਿਬ। ਮੇਰੇ ਖਿਆਲ ਤੁਸੀਂ ਉਹ ਗੱਲ ਸੁਣੀ ਹੋਈ ਅੱਗੇ, ਬਹਾਵਲ ਹੱਕ ਨੇ ਕਿਹਾ ਸੀ, ਮੈਂ ਜਦੋਂ ਜੁੜਦਾ ਤਾਂ ਮੇਰਾ ਕਨੈਕਸ਼ਨ ਜੁੜ ਜਾਂਦਾ ਅੱਲਾ ਨਾਲ, ਕੁਝ ਮੰਗਣਾ ਹੋਵੇ ਦੱਸੋ। ਬਾਬੇ ਨਾਨਕ ਨੇ ਕਿਹਾ ਸੀ, ਜੇ ਜੁੜ ਜਾਏਗਾ ਤਾਂ ਇੱਕ ਪਾ ਗਰੀਬੀ ਲਿਆ ਦੇ ਆਪ ਸਤਨਾ। ਮੈਂ ਡਿਟੇਲ 'ਚ ਨਹੀਂ ਜਾਂਦਾ, ਉਹਨੇ ਫਿਰ ਜਦੋਂ ਕਨੈਕਸ਼ਨ ਜੁੜਿਆ ਤਾਂ ਕਿਹਾ ਵੀ ਅੱਲਾ ਅੱਜ ਮੈਂ ਕੁਝ ਮੰਗਣਾ ਦੇ ਦਿਓ ਵੀ। ਅੱਲਾ ਕਹਿੰਦਾ ਦੱਸ ਬਾਬਲਾ ਪਾ ਗਰੀਬੀ। ਉਹ ਕੱਲਾ ਕਹਿੰਦਾ ਇਹ ਕੀ ਕਰਨੀ, ਕੋਈ ਆਇਆ ਉਹਨੂੰ ਮੈਂ ਪਿਆਰ ਨਾਲ ਕਹਿ ਬੈਠਾ ਕੁਝ ਮੰਗਣਾ ਤੇ ਦੱਸ। ਉਹਨੇ ਕਿਹਾ ਵੀ ਆਹ ਲੈ ਤੇ ਉਹ ਅੱਲਾ ਕਹਿੰਦਾ ਉਹ ਨਾਨਕ ਤੇ ਨਹੀਂ ਆਪੋ ਸਤ ਨਾ ਤੇ ਨਾਨਕ ਹੀ, ਉਹ ਮੇਰਾ ਹੀ ਰੂਪ ਹੈ, ਮੈਂ ਹੀ ਹਾਂ, ਮੇਰਾ ਹੀ ਰੂਪ ਹੈ ਨਿਰੰਕਾਰ ਦਾ। ਇੱਕ ਕਿਲੋ ਗਰੀਬੀ ਮੇਰੇ ਕੋਲ, ਚਾਰ ਹਿੱਸੇ, ਤਿੰਨ ਹਿੱਸੇ ਗੁਰੂ ਨਾਨਕ ਧਰਤੀ 'ਤੇ ਲੈ ਕੇ ਆਇਆ ਮੇਰੇ ਕੋਲ, ਪਾ ਤਾਂ ਹੈਗੀ ਹੈ, ਇੱਕ ਹਿੱਸਾ ਹੈਗਾ ਜਿਹਦੇ ਨਾਲ ਮੈਂ ਸਾਰਾ ਸੰਸਾਰ ਤੋਰ ਰਿਹਾ। ਇੱਥੋਂ ਅੰਦਾਜ਼ਾ ਲਾਓ ਕਿ ਗੁਰੂ ਨਾਨਕ ਸਾਡੇ ਸਤਿਗੁਰੂ ਇਹ ਨਿਮਰਤਾ ਦਾ ਖਜ਼ਾਨਾ ਤਿੰਨ ਹਿੱਸੇ ਦਰਗਾਹ 'ਚੋਂ ਲੈ ਕੇ ਆਏ। ਆਖੋ ਸਤਿਗੁਰੂ ਸਾਡੇ ਕੋਲ ਨਾ ਹੋਵੇ ਘਰਾਂ 'ਚ, ਕਿਉਂ ਇਕਦਮ ਗਰਮੀ ਖਾਂਦੇ, ਕਿਉਂ ਗੁਆਂਢ 'ਚ, ਕਿਉਂ ਇਹਨੂੰ ਕਲੇਸ਼ 'ਚ ਪਾਉਂਦੇ, ਇਹ ਕਿਵੇਂ ਕਲੇਸ਼ ਦਾ ਕਾਰਨ ਕੀ ਹੋਵੇ। ਇਹਨੇ ਇੰਨਾ ਬੋਲਿਆ ਹੁਣ ਮੈਂ ਇੰਨਾ ਜਵਾਬ ਦਿਆ, ਇਹਨੇ ਬੋਲਿਆ ਨਾ ਹੋਰ ਕਾਰਨ ਕੀ ਹੋਏਗਾ, ਮਾਇਆ ਹੋਏਗੀ, ਹੋਰ ਕਾਰਨ ਕੀ ਹੋਏਗਾ, ਮਾਣ ਹੋਏਗਾ। ਗੁਰੂ ਕਿਰਪਾ ਕਰੇ, ਬਾਬੇ ਨਾਨਕ ਤਿੰਨ ਹਿੱਸੇ ਗਰੀਬੀ ਲੈ ਕੇ ਆਏ। ਔਰ ਕਦੀ ਸਹਿਜ ਪਾਠ ਕਰੋ, ਗੁਰੂ ਅੰਗਦ ਸਾਹਿਬ ਦੀ ਗਰੀਬੀ ਹੋਏ ਹੋਏ। ਇਹ ਪੜ੍ਹਦੇ ਹੋ ਨਾ ਸਲੋਕ ਪਾਵਣ ਗੁਰੂ, ਇਹ ਦੋ ਸਲੋਕ ਨੇ ਗੁਰੂ ਗ੍ਰੰਥ ਸਾਹਿਬ, ਜਿਹੜਾ ਦੂਜਾ ਸਲੋਕ ਹੈ ਗੁਰੂ ਅੰਗਦ ਦੇਵ ਜੀ ਦਾ, ਕਦੀ ਸਹਿਜ ਪਾਠ ਕਰੋਗੇ ਉਹਦੇ 'ਚ ਆਉਂਦਾ, ਨਾਨਕ ਤੇ ਮੁੱਖ ਉਜਲੇ ਹੋਰ ਕੇਤੀ ਛੁੱਟੀ ਨਾ, ਉਹ ਹੋਰ ਗਰੀਬੀ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ, ਹੇ ਵਾਹਿਗੁਰੂ ਜਿਨ੍ਹਾਂ ਨੇ ਨਾਮ 'ਤੇ ਆਇਆ ਮਸ਼ਕਤਾਂ ਘਰ ਲਈਆਂ, ਮੁੱਖ ਉਜਲ ਨੇ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜੀ ਦੇ ਦੇ ਕੇਤੀ ਛੁੱਟੀ ਨਾਲ, ਮੇਰਾ ਵੀ ਪਾਰ ਉਤਾਰਾ ਹੋ ਜੇ, ਆ ਜੇ ਗੁਰੂ ਨਾਨਕ ਤੁਹਾਡਾ। ਅਤੇ ਗੁਰੂ ਅੰਗਦ ਸਾਹਿਬ ਨੇ ਇੱਕ ਸਲੋਕ 'ਚ ਆ ਰਿਹਾ, ਕਹਿੰਦੇ ਨਾਨਕ ਤੇ ਮੁੱਖ ਉਜਲੇ ਹੋਰ ਕੇਤੀ, ਹੋਰ ਦਾ ਕੀ ਮਤਲਬ, ਜਿਨ੍ਹਾਂ ਨੇ ਮਸ਼ਕਤਾਂ ਘਰ ਲਈਆਂ, ਜਿਨ੍ਹਾਂ ਨੇ ਨਾਮ ਜਪਿਆ ਉਹ ਮੁੱਖ ਉਜਲ ਨੇ, ਪਰ ਹੇ ਵਾਹਿਗੁਰੂ ਮੇਰੀ ਇੰਨੀ ਕਮਾਈ ਨਹੀਂ ਮੈਂ ਉਹਨਾਂ ਦੀ ਧੂੜੀ ਲੈ ਸਕਾਂ, ਜਿਹੜੇ ਮੁੱਖ ਉਜਲ ਨੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਸੰਗਤ ਮੈਨੂੰ ਦੇ ਦੇ। ਆਪੋ ਸਤਨਾਮ, ਇੱਕ ਪੌੜੀ ਹੋਰ ਥੱਲੇ ਹੋਰ ਕੀਤੀ, ਹੁਣ ਕੋਈ ਬਖਸ਼ਿਆ ਜਿਹਨੇ ਉਹਦੀ ਸੰਗਤ ਕੀਤੀ, ਕੋਈ ਬਖਸ਼ੇ ਦੀ ਨਹੀਂ, ਤੇ ਜਿਹਨੇ ਸੰਗਤ ਕੀਤੀ ਮੈਨੂੰ ਉਹਦੀ ਧੂੜੀ ਦੇ ਦੇ ਉਹਦੀ। ਸਮਝੋ ਗੱਲ ਨੂੰ, ਤੁਸੀਂ ਦਰਬਾਰ ਸਾਹਿਬ ਨਹੀਂ ਗਏ, ਮੰਨ ਲਓ
ਕੋਈ ਤੁਹਾਡੇ ਮੁਹੱਲੇ 'ਚੋਂ ਬੀਬੀ ਦਰਬਾਰ ਸਾਹਿਬ ਗਈ, ਕੋਈ ਗੁਰਮੁਖ ਪਿਆਰਾ ਦਰਬਾਰ ਸਾਹਿਬ ਗਿਆ, ਤੁਸੀਂ ਉਹ ਗੁਰਮੁਖ ਪਿਆਰੇ ਦੀ ਧੂੜੀ ਲੈ ਰਹੇ ਹੋ, ਤੂੰ ਗੁਰੂ ਰਾਮਦਾਸ ਦੇ ਦਰਸ਼ਨ ਕਰਕੇ ਆਇਆ, ਵੀ ਮੈਂ ਜਾ ਨਹੀਂ ਸਕੀ, ਮੈਂ ਵੀ ਹਾਜ਼ਰੀ ਲਾ ਲਾ ਕੋ ਸਤਨਾਮ। ਕਿੰਨੀ ਗਰੀਬੀ ਇਸ ਘਰ 'ਚ, ਸਾਡੇ ਸਤਿਗੁਰਾਂ ਕਮਾਈ, ਨਾਨਕ ਦੇ ਮੁਖੋ ਜ਼ਿਲ੍ਹੇ ਹੋਰ ਅੱਗੇ ਆ ਜਾਓ ਗੁਰੂ ਅਮਰਦਾਸ ਜੀ, ਨੀ ਨਿਮਰਤਾ ਕਮਾਈ, ਧਾਤੂ ਜੀ ਨੇ ਲੱਤ ਮਾਰੀ ਗੁਰੂ ਅਮਰਦਾਸ ਜੀ ਨੂੰ। ਇਹ ਮੈਂ ਕਈ ਵਾਰੀ ਪਿਆਰ ਵਾਲੇ ਲਫ਼ਜ਼ ਇਤਿਹਾਸ 'ਚੋਂ ਮਿਲਦੇ ਰਹਿੰਦੇ, ਅਤੇ ਇਹ ਮੈਂ ਹੈਰਾਨ ਹੋ ਗਿਆ ਲਫ਼ਜ਼ ਪੜ੍ਹ ਕੇ। ਅੱਗੇ ਅਸੀਂ ਇੱਥੋਂ ਤੱਕ ਸੁਣਦੇ ਸਾਂ ਵੀ ਧਾਤੂ ਜੀ ਨੇ ਲੱਤ ਮਾਰੀ, ਪਿਤਾ ਜੀ ਨੇ ਉਹਨਾਂ ਦੇ ਚਰਨ ਕੁੱਟਣ ਲੱਗ ਪਏ, ਮੇਰੀਆਂ ਹੱਡੀਆਂ ਸਖਤ ਨੇ, ਤੇਰੇ ਪੈਰ ਨੂੰ ਚੋਟ ਨਾ ਆਈ ਹੋਵੇ। ਅੱਜ ਮੈਂ ਇੱਕ ਇਤਿਹਾਸ 'ਚ ਪੜ੍ਹਿਆ ਵੀ ਗੁਰੂ ਅਮਰਦਾਸ ਜੀ ਕਹਿੰਦੇ ਤੈਂ ਠੀਕ ਕੀਤਾ, ਧਾਤੂ ਜੀ ਨੇ ਲੱਤ ਮਾਰੀ ਅਤੇ ਗੁਰੂ ਅਮਰਦਾਸ ਜੀ ਕਹਿੰਦੇ ਤੈਂ ਠੀਕ ਕੀਤਾ, ਮੇਰਾ ਫਰਜ਼ ਬਣਦਾ ਸੀ ਧਾਤੂ ਜੀ ਤੁਸੀਂ ਆ ਰਹੇ ਹੋ ਅਤੇ ਮੈਂ ਉੱਠ ਕੇ ਅੱਗੇ ਲੈਣ ਜਾਵਾਂ, ਤੁਹਾਨੂੰ ਗੁਰੂ ਦਾ ਪੁੱਤਰ ਆ ਰਿਹਾ, ਮੇਰੀ ਗਲਤੀ, ਤੁਸੀਂ ਲੱਤ ਮਾਰੀ, ਠੀਕ ਕੀਤਾ। ਆਖੋ ਸਤਨਾਮ, ਕੈਸਾ ਘਰ ਹੈ ਇਹ, ਜਿਹੜੀ 12ਵੀਂ ਕਲਾਸ ਸਾਡੇ ਸਤਿਗੁਰਾਂ ਨੇ ਆਪ ਲੱਗੀ। ਹੁਣ ਅੱਗੇ ਆ ਜਾਓ ਚੌਥੇ ਪਾਤਸ਼ਾਹ, ਤੁਸੀਂ ਸੁਣਦੇ ਹੀ ਹੋ ਨਾ, ਬਾਬਾ ਸ਼੍ਰੀ ਚੰਦ ਜੀ ਨੇ ਹਾਸ ਨਾਲ ਹੀ ਕਿਹਾ ਦਾੜਾ ਇੰਨਾ ਕਿਉਂ ਵਧਾਇਆ, ਅਤੇ ਕਿੱਡੀ ਇਸ ਘਰ ਵਿੱਚ ਇਹ 12ਵੀਂ ਕਲਾਸ ਦੀ ਪੜ੍ਹਾਈ ਨਿਮਰਤਾ ਦੀ, ਉਸ ਦਾੜੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜਨ ਲੱਗ ਪਏ, ਅਤੇ ਕੀ ਆਖਿਆ ਗੁਰੂ ਰਾਮਦਾਸ ਜੀ ਨੇ, ਇਹ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਲਈ ਵਧਾਇਆ। ਆਖੋ ਸਤਨਾਮ। ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਜਿਹੜੀ ਨਿਮਰਤਾ ਕਹਿਣੋ ਹੀ ਪਰੇ, ਆਪੋ ਸਤਨਾਮ। ਉਹਨਾਂ 2 ਮਿੰਟ ਦਾ ਜ਼ਿਕਰ ਹੈ ਗੁਰੂ ਅਰਜਨ ਦੇਵ ਜੀ ਦਾ, ਬੜਾ ਪਿਆਰਾ। ਇੱਕ ਵਾਰੀ ਜਰਾ ਪੰਗਤੀ ਪੜਿਓ, ਮਹਾਰਾਜ ਜੀ ਉਹ ਸੇਵਾ ਲੈਣ ਕੋਈ ਉੱਠੇ ਨਾ, ਇਹ ਬੇਨਤੀ ਹੈ, ਟਿਕਾਓ ਬਣਿਆ ਰਹੇ। 5-6 ਮਿੰਟ ਬਾਅਦ ਆਪਾਂ ਹਉਮੈ ਜਾਏ ਪਰਮ ਪਦ ਪਾਈਏ, ਹਉਮੈ ਜਾਏ ਪਰਮ ਪਦ ਪਾਈਏ, ਹਉਮੈ ਹਉਮੈ ਜਾਏ ਪਰਮ ਪਦ ਪਾਈਏ, ਆਖੋ ਸਤਨਾਮ। ਇਹ ਨਾ ਜੀ ਪੜ੍ਹਨੀ ਹੋਵੇ ਪੜ੍ਹ ਲਿਓ, ਕਿਤਾਬ ਦਾ ਨਾਂ ਹੈ ਸਾਡੇ ਗੁਰਦੇਵ, ਅਤੇ ਪ੍ਰੋਫੈਸਰ ਪਦਮ ਜੀ ਉਹਨਾਂ ਨੇ ਕਿਤਾਬ ਲਿਖੀ ਹੈ, ਕਿਤਾਬ ਦਾ ਨਾਂ ਹੈ ਸਾਡੇ ਗੁਰਦੇਵ। ਇਹ ਸਾਡੇ 'ਚ ਵੀ ਬੜਾ ਪਿਆਰ ਹੈ, ਮੇਰੇ ਲਫ਼ਜ਼ 'ਚ ਵੀ ਬੜਾ ਪਿਆਰ ਹੈ, ਗੁਰੂ ਨਾਨਕ ਕਹਿਣਾ ਅਲੱਗ ਪਿਆਰ ਹੈ, ਮੇਰਾ ਗੁਰੂ ਨਾਨਕ ਅਲੱਗ ਪਿਆਰ ਹੈ, ਇਹ 'ਚ ਆਪਣਾਪਨ ਆ ਜਾਂਦਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਂ। ਉਹਨਾਂ ਨੇ ਕਿਤਾਬ ਦਾ ਨਾਮ ਮੈਨੂੰ ਬੜਾ ਅੱਛਾ ਲੱਗਾ, ਸਾਡੇ ਗੁਰਦੇਵ ਸਾਡੇ ਪਿਤਾ ਜੀ ਦੇ। ਪ੍ਰੋਫੈਸਰ ਪਦਮ ਨੇ ਇਹ ਕਿਤਾਬ ਦਾ ਨਾਂ ਹੈ, ਅਤੇ ਉਹਦੇ 'ਚ ਨਾ 2 ਪੈਰੇ ਨੇ ਮੈਨੂੰ ਬੜੇ ਚੰਗੇ ਲੱਗੇ। ਦੋ ਪੈਰਿਆਂ 'ਚ ਲਿਖਿਆ ਵੀ ਗੁਰੂ ਅਰਜਨ ਦੇਵ ਜੀ ਕੋਲ ਇੱਕ ਫਕੀਰ ਆਇਆ ਦਰਸ਼ਨ ਕਰਨ, ਅਤੇ ਮਹਾਰਾਜ ਦੇ ਹੱਥ 'ਚ ਨਾ 7-8 ਟਕੇ ਕੁਝ ਟਕੇ ਫੜੇ ਹੋਏ ਸੀ। ਇੱਕ ਫਕੀਰ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਆਇਆ, ਅਤੇ ਉਹਨੇ ਕਿਤੇ ਇੰਝ ਝੋਲੀ ਅੜਤੀ, ਉਹ ਲਫ਼ਜ਼ ਸੁਣਿਓ ਜਿਹੜੇ ਫਕੀਰ ਨੇ ਕਹੇ, ਬੜੇ ਪਿਆਰੇ ਲਫ਼ਜ਼ ਹੈ। ਫਕੀਰ ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ, ਵਲੀ
ਵਲੀ ਸਾਡੇ ਨਾਲ ਉਹ ਚੰਗਾ ਦੇਖੋ ਮਾਲਕ ਕਾਲ ਆਉਂ ਫਕੀਰ ਝੋਲੀ ਅੱਡ ਕੇ ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਵਲੀ ਕੁਝ ਖੈਰ ਪਾ ਦੋ ਆਉਂ ਝੋਲੀ ਅੱਡ ਲਈ ਕਹਿੰਦਾ ਵਲੀ ਕੁਝ ਖੈਰ ਪਾ ਦਿਓ ਤੇ ਮਹਾਰਾਜ ਜੀ ਨੇ ਟਕੇ ਫੜੇ ਸੀ ਹੁਣ ਟਕੇ ਦੇਣੇ ਇੱਕ ਅਲੱਗ ਗੱਲ ਹੈ ਉਹ ਕਿਤਾਬ 'ਚ ਪ੍ਰੋਫੈਸਰ ਪਦਮ ਨੇ ਲਿਖਿਆ ਹੈ ਕਿ ਮਹਾਰਾਜ ਨੇ ਨਾ ਆਪਣੀ ਤਲੀ ਤੋਂ ਇੱਕ ਟਕਾ ਚੁੱਕਿਆ ਕਹਿੰਦੇ ਕਰ ਝੋਲੀ ਉਹਨੇ ਝੋਲੀ ਕੀਤੀ ਅਤੇ ਗੁਰੂ ਨਾ ਗੁਰੂ ਅਰਜਨ ਦੇਵ ਜੀ ਨੇ ਨਾ ਉਹ ਟਕਾ ਪਾ ਕੇ ਪਤਾ ਕੀ ਕਿਹਾ ਕਹਿੰਦੇ ਇਹ ਟਕਾ ਗੁਰੂ ਨਾਨਕ ਦੇ ਨਾਂ ਦਾ ਟਕਾ ਦੇਣਾ ਹੋਰ ਗੱਲ ਹੈ ਐਂ ਢੰਗ ਨਾਲ ਆਉਂ ਟਕਾ ਉਹਦੀ ਝੋਲੀ ਪਾ ਕੇ ਕਹਿੰਦੇ ਐਂ ਟਕਾ ਗੁਰੂ ਨਾਨਕ ਦੇ ਨਾਂ ਦਾ ਅਤੇ ਜਿਹੜੇ ਲਫ਼ਜ਼ ਅੱਗੇ ਲਿਖੇ ਉਹਨਾਂ ਨੇ ਸੂਰਜ ਪ੍ਰਕਾਸ਼ ਦੇ ਕਹਿੰਦੇ ਐਂ ਟਕਾ ਗੁਰੂ ਨਾਨਕ ਦੇ ਨਾਂ ਦਾ ਜਿਹੜੇ ਆਪ ਅਕਾਲ ਪੁਰਖ ਹੋਏ ਨੇ ਉਹ ਬੜਾ ਖੁਸ਼ ਗੁਰੂ ਅਰਜਨ ਦੇਵ ਜੀ ਨੇ ਦੂਜਾ ਟਕਾ ਚੁੱਕਿਆ ਫਿਰ ਉਹ ਫਕੀਰ ਦੀ ਝੋਲੀ 'ਚ ਪਾਇਆ ਕਹਿੰਦੇ ਦੂਜਾ ਟਕਾ ਗੁਰੂ ਅੰਗਦ ਦੇਵ ਜੀ ਦੇ ਨਾਂ ਦਾ ਜਿਨ੍ਹਾਂ ਨੇ ਹੁਕਮ ਮੰਨ ਕੇ ਸਿੱਖੀ ਨੂੰ ਕਮਾਇਆ ਹੈ ਸੁਣਿਓ ਭਜਨ ਦੂਜਾ ਟਕਾ ਪਾ ਕੇ ਕਹਿੰਦੇ ਟਕਾ ਗੁਰੂ ਅੰਗਦ ਦੇਵ ਜੀ ਦੇ ਨਾਂ ਦਾ ਜਿਨ੍ਹਾਂ ਨੇ ਹੁਕਮ ਮੰਨ ਕੇ ਸਿੱਖੀ ਨੂੰ ਕਮਾਇਆ ਫਕੀਰ ਬੜਾ ਖੁਸ਼ ਸੰਗਤ ਵੀ ਸੁਣ ਰਹੀ ਗੁਰੂ ਅਰਜਨ ਦੇਵ ਜੀ ਨੇ ਤੀਜਾ ਟਕਾ ਚੁੱਕਿਆ ਤਲੀ 'ਚੋਂ ਆਉਂ ਤੀਜਾ ਟਕਾ ਪਾ ਕੇ ਕਹਿੰਦੇ ਤੀਜਾ ਟਕਾ ਗੁਰੂ ਅਮਰਦਾਸ ਜੀ ਦੇ ਨਾਂ ਦਾ ਜਿਨ੍ਹਾਂ ਨੇ ਲੋਕ ਲਾਜ ਨੂੰ ਵੀ ਪਿੱਛੇ ਛੱਡ ਕੇ ਪ੍ਰੇਮ ਨਾਲ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ ਹੈ ਲੋਕ ਲਾਜ ਲੋਕ ਲਾਜ ਕੁੜਮ ਸੀ ਕੁੜਮ ਗੁਰੂ ਅਮਰਦਾਸ ਜੀ ਨੂੰ ਲੋਕ ਲਾਜ ਛੱਡਦੀ ਵੀ ਕੁੜਮਾਂ ਦਾ ਘਰ ਨਹੀਂ ਮਹਾਰਾਜ ਨੇ ਟਕਾ ਪਾਉਣ ਵਿੱਚ ਆ ਕੇ ਜਿਨ੍ਹਾਂ ਨੇ ਲੋਕ ਲਾ ਗੁਰੂ ਅਮਰਦਾਸ ਜੀ ਦੇ ਨਾਂ ਦਾ ਟਕਾ ਜਿਨ੍ਹਾਂ ਨੇ ਲੋਕ ਲਾਜ ਛੱਡ ਕੇ ਪ੍ਰੇਮ ਨਾਲ ਗੁਰੂ ਮਹਾਰਾਜ ਅੰਗਦ ਸਾਹਿਬ ਦੀ ਸੇਵਾ ਆਖੋ ਸਤਨਾਮ ਮਹਾਰਾਜ ਨੇ ਇਹਨਾਂ ਨੇ ਚੌਥਾ ਟਕਾ ਫੜਿਆ ਅਤੇ ਉਹ ਫਕੀਰ ਦੀ ਝੋਲੀ 'ਚ ਪਾਇਆ ਅਤੇ ਕਹਿੰਦੇ ਚੌਥਾ ਟਕਾ ਗੁਰੂ ਰਾਮਦਾਸ ਜੀ ਦੇ ਨਾਂ ਦਾ ਜਿਨ੍ਹਾਂ ਨੇ ਕਦੀ ਜਵਾਈ ਵਾਲਾ ਰਿਸ਼ਤਾ ਨਹੀਂ ਰੱਖਿਆ ਸੇਵਕ ਵਾਲਾ ਰਿਸ਼ਤਾ ਰੱਖਿਆ ਗੱਜ ਕੇ ਆਖੋ ਸਤਨਾਮ ਜਵਾਈ ਵਾਲਾ ਰਿਸ਼ਤਾ ਨਹੀਂ ਰੱਖਿਆ ਹੁਣ ਜਦੋਂ ਚਾਰ ਟਕੇ ਪਾਤੇ ਬਾਕੀ ਟਕੇ ਸੇਵਾਦਾਰ ਨੂੰ ਕਹਿੰਦੇ ਖਜ਼ਾਨੇ 'ਚ ਪਾ ਦੇ ਹੁਣ ਸੁਣਨ ਵਾਲੀ ਗੱਲ ਜੀ ਫਕੀਰ ਕਹਿੰਦਾ ਗੁਰੂ ਨਾਨਕ ਦੇ ਨਾਂ ਦਾ ਟਕਾ ਪਾਤਾ ਜੇ ਗੁਰੂ ਅੰਗਦ ਸਾਹਿਬ ਦੇ ਨਾਂ ਦਾ ਪਾਤਾ ਗੁਰੂ ਅਮਰਦਾਸ ਜੀ ਦੇ ਨਾਂ ਦਾ ਗੁਰੂ ਰਾਮਦਾਸ ਜੀ ਦਾ ਮੈਂ ਆਪ ਜੀ ਨੂੰ ਕਿਹਾ ਵਲੀ ਕੁਝ ਖੈਰ ਪਾਓ ਉਹ ਅੱਗੋਂ ਕੀ ਕਹਿੰਦਾ ਫਕੀਰ ਕਹਿੰਦਾ ਜੀ ਇੱਕ ਟਕਾ ਆਪਣੇ ਨਾਂ ਦਾ ਵੀ ਪਾ ਦਿਓ ਆਖੋ ਸਤਨਾਮ ਆਪਣੇ ਨਾਂ ਦਾ ਟਕਾ ਨਹੀਂ ਪਾਇਆ ਤੁਸੀਂ ਇੱਕ ਟਕਾ ਆਪਣੇ ਨਾਂ ਦਾ ਵੀ ਪਾ ਦਿਓ ਤੇ ਗੁਰੂ ਅਰਜਨ ਦੇਵ ਦੋਵੇਂ ਹੱਥ ਜੋੜ ਕੇ ਕਹਿੰਦੇ ਮੈਂ ਆਪਣੇ ਨਾਂ ਦਾ ਟਕਾ ਕਿਵੇਂ ਪਾਵਾਂ ਮੈਂ ਤੇ ਅਜੇ ਸਿੱਖੀ ਨੂੰ ਕਮਾਉਣ ਲਈ ਤੁਰਿਆ ਵਾਂ ਕਾਸ਼ ਗੁਰੂ ਨਾਨਕ ਕਿਰਪਾ ਕਰੇ ਮੈਂ ਸਿੱਖੀ ਨੂੰ ਕਮਾਉਣ ਯੋਗਾ ਬਣ ਜਾਵਾਂ ਦੇਖੋ ਨਿਮਰਤਾ ਆਪਣਾ ਟਕਾ ਨਹੀਂ ਪਾਇਆ ਮੈਂ ਅਜੇ ਸਿੱਖੀ ਕਮਾਉਣ ਤੁਰਿਆ ਹੈ ਪ੍ਰਤੱਖ ਹਰ ਨੇ ਆਖੋ ਸਤਨਾਮ ਇਹ ਮੈਂ ਜਦੋਂ ਬਚਨ ਪੜ੍ਹ ਰਿਹਾ ਸਾਂ ਨਾ ਮੈਨੂੰ ਬਾਬਾ ਆਨੰਦ ਸਿੰਘ ਜੀ ਦਾ ਸਮਾਂ ਯਾਦ ਆ ਕਿਸੇ ਨੇ ਬਾਬਾ ਆਨੰਦ ਸਿੰਘ ਜੀ ਨੂੰ ਮਿਹਣਾ ਮਾਰਿਆ ਜਾਂ ਕਹਿ ਦਿੱਤਾ ਟੋਇਆ ਪੁੱਟ ਕੇ ਕਿਉਂ ਬਹਿੰਦੇ ਹੋ ਬਾਬਾ ਜੀ ਟੋਇਆ ਪੁੱਟ ਕੇ ਬੈਠਦੇ ਇਹ ਬਚਨ ਨਾਲ ਉਹ ਮੈਨੂੰ ਬਚਨ ਯਾਦ ਆ ਗਿਆ ਕਿਸੇ ਨੇ ਕਹਿਤਾ ਬਾਬਾ ਆਨੰਦ ਸਿੰਘ ਜੀ ਟੋਇਆ ਪੁੱਟ ਕੇ ਕਿਉਂ ਬਹਿੰਦੇ ਹੋ ਤੇ ਬਾਬਾ ਜੀ ਨੇ ਪਤਾ ਕੀ ਕਿਹਾ ਵੇਖੋ ਬਾਬਾ ਆਨੰਦ ਸਿੰਘ ਦੀ ਕਮਾਈ ਕਿੰਨੀ ਬਾਬਾ ਹਰਨਾਮ ਸਿੰਘ ਭੁੱਚੋ ਮੰਡੀਆਂ ਲਿਆ ਪੁੱਛਿਆ ਸੀ ਨੰਦ ਸਿਆਂ ਅੱਜ ਕੱਲ੍ਹ ਕਿੰਨਾ ਨੇਮ ਆਉਂ ਹੱਥ ਜੋੜ ਕੇ ਕਹਿੰਦੇ ਜੀ ਤੁਹਾਡੀ ਕਿਰਪਾ ਨਾਲ ਗੁਰੂ ਨਾਨਕ ਦੀ ਕਿਰਪਾ ਨਾਲ 22 ਘੰਟੇ
ਅੱਗੋਂ ਬਾਬਾ ਰਾਮ ਸਿੰਘ ਨੇ ਕਿਹਾ ਸੀ ਅਨੰਦ ਸਿੰਘ ਦੋ ਘੰਟੇ ਦਾ ਲੇਖਾ ਤੂੰ ਦੇਂਗਾ ਕਿ ਮੈਂ ਦਿਆਂ। ਇਹ ਅਜੇ ਬਚਨ ਕੋਈ ਸਾਲ ਪਹਿਲਾਂ ਜਦੋਂ ਉੱਥੇ ਸੇਵਾ ਹੀ ਸੀ, ਜਦੋਂ ਟੋਇਆ ਤਾਂ ਉਦੋਂ ਪ੍ਰਗਟ ਹੋ ਗਏ। ਕਿਸੇ ਨੇ ਆਖਿਆ ਜੀ ਟੋਇਆ ਪੁੱਟ ਕੇ ਕਿਉਂ ਬਹਿੰਦੇ ਹੋ, 24 ਘੰਟੇ ਨੇਮ ਇੱਕ ਸਵਾਸ ਖਾਲੀ ਨਹੀਂ ਪਰ ਮਨ ਕਿੱਥੇ। ਕਿਸੇ ਨੇ ਕਿਹਾ ਜੀ ਟੋਇਆ ਪੁੱਟ ਕੇ ਕਿਉਂ ਬਹਿੰਦੇ ਹੋ, ਕਹਿੰਦੇ ਟੋਇਆ ਪੁੱਟ ਕੇ ਤਾਂ ਬਹਿਨਾ ਵਾ ਕਿ ਸੰਗਤ ਵਿੱਚੋਂ ਕਿਸੇ ਬਖਸ਼ੇ ਦੀ ਧੂੜੀ ਮੇਰੇ 'ਤੇ ਪੈ ਜੇ ਅਤੇ ਕਿਤੇ ਗੁਰੂ ਨਾਨਕ ਮੈਨੂੰ ਵੀ ਆਪਣਾ ਸਿੱਖ ਬਣਾ ਲਵੇ। ਦੱਸੋ ਗੁਰੂ ਅਰਜਨ ਦੇਵ ਜੀ ਮਾਲਕ ਨੇ ਪ੍ਰਤੱਖ ਹਰ ਨੇ, ਕਹਿੰਦੇ ਮੈਂ ਆਪਣਾ ਟਕਾ ਕਿਵੇਂ ਪਾਵਾਂ, ਮੈਂ ਅਜੇ ਸਿੱਖੀ ਕਮਾਉਣ ਤੁਰਿਆ, ਕਾਸ਼ ਮੈਂ ਵੀ ਸਿੱਖੀ ਕਮਾਉਣੀ ਕਿਵੇਂ ਹੈ, ਕਿਤੇ ਚੱਲ ਪਾ ਗੱਜ ਕੇ ਆਖੋ ਸਤਨਾਮ। ਅੱਜ ਕੋਸ਼ਿਸ਼ ਕਰਿਓ ਜਿੰਨਾ ਕੋਈ ਗੁਰੋ ਕ੍ਰੋਧ ਕਰਾ ਦੇ ਨਾ, ਗੁੱਸਾ ਗਾਸਾ ਗਰਮੀ ਗਰਮੀ ਆ ਜਾਣੀ ਦੂਜੀ ਸੁਭਾਅ 'ਚ, ਅੱਜ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੀ ਛੱਡ ਜਾਣਾ। ਬਾਬਾ ਜੀ ਬੜਾ ਆਨੰਦ ਜੇ 12ਵੀਂ ਕਲਾਸ ਇੱਕ ਕੋਈ ਵੱਡੀ ਤੋਂ ਵੱਡੀ ਸੇਵਾ ਤੁਹਾਡੇ ਕੋਲ ਮਹਾਰਾਜ ਲੈ ਲਏ, ਇਹਨੂੰ ਇਹਦਾ ਜਨਮ ਨਹੀਂ ਆਉਣ ਦੇਣਾ, ਕੋਈ ਤਾਕਤ ਹੈ ਮਗਰ ਕੰਮ ਕਰਾ ਰਹੀ, ਤੈਂ ਕੁਛ ਵੀ ਨਹੀਂ, ਮੈਂ ਤਾਂ ਕੀ ਸਵਾਦ ਦੱਸ। ਕੋਸ਼ਿਸ਼ ਕਰੋ ਤੁਹਾਡੇ ਸਾਹਮਣੇ ਘਟੀਆ ਤੋਂ ਘਟੀਆ ਬੰਦਾ ਵੀ ਆ ਗਿਆ ਹੈ। ਬਾਬਾ ਕੁੰਦਨ ਸਿੰਘ ਜੀ ਵਾਲਾ ਇਸ਼ਾਰਾ ਬੰਦਾ ਹਲਕੇ ਜੀਵਨ ਵਾਲਾ ਵੀ ਸਾਹਮਣੇ ਆ ਗਿਆ, ਤੇ ਭਾਵਨਾ ਰੱਖਣੀ ਹੈ ਗੁਰੂ ਰਾਮਦਾਸ, ਜਿੱਦਣ ਇਹਦੇ 'ਤੇ ਤੇਰੀ ਨਜ਼ਰ ਹੋ ਗਈ ਇਹਨੇ ਸਾਡੇ ਤੋਂ ਵੀ ਅੱਗੇ ਲੰਘ ਜਾਣਾ। ਗੱਜ ਕੇ ਆਖੋ ਸਤਨਾਮ। ਇਹਦਾ ਕੀ ਨਾਮ ਹੈ ਹੋ ਸਜਲ ਕੀ ਕੇ ਹੋ ਸਭਨ ਕੀ ਤੋ ਆਓ ਹਮਾਰੇ ਪਾਸ ਪਾਣੀ ਜਿਉਂ ਹਰੇ ਬੂਟ ਬੂਟ ਕਹਿੰਦੇ ਬੂਟਿਆਂ ਨੂੰ, ਜਿਵੇਂ ਪਾਣੀ ਮਿਲਦਾ ਤੇ ਬੂਟੇ ਹਰੇ ਹੋ ਜਾਂਦੇ। ਮਿਲ ਪਾਣੀ ਜਿਉਂ ਹਰੇ ਬੂਟ, ਸਾਧ ਸੰਗਤ ਤਿਉਂ ਹਉਮੈ ਛੂਟ। ਬਾਣੀ ਜੇ ਅਰਥ ਮੈਂ ਸਭ ਨੂੰ ਪਤਾ ਲੱਗ ਗਿਆ ਹੋਣਾ, ਤੇਰ ਭਾਵਣ ਸਾਰੇ ਪਾਸੇ ਭਾਵਣਾ ਚ, ਤੇਰ ਭਾਵਣ ਢੂੰਡੀ ਸੱਜਣਾ, ਸਾਰੇ ਭਾਵਣਾ ਚ ਮੈਂ ਸੱਜਣੋ ਢੂੰਡ ਕੇ ਵੇਖ ਲਿਆ, ਮਾੜਾ ਕੰਮ ਵੀ ਹੈ
ਮਾੜਾ ਲੋਭ ਵੀ ਹੈ, ਮਾੜਾ ਮੋਹ ਵੀ ਹੈ। ਪਰ ਬਾਣੀ 'ਚ ਇੱਕ ਗੱਲ ਕਹੀ ਹੈ, ਤੇਰ ਭਾਵਣ ਢੂੰਡੀ ਸੱਜਣਾ, ਹਉਮੈ ਬੁਰੀ ਜਗਤ ਸਭ ਤੋਂ ਬੁਰੀ, ਹਉਮੈ ਬੁਰੀ ਜਗਤ। दो मिनट का वचन है, बड़ा जुड़ी रूह है। वो जुड़ी रूह का की ना है, भाई नंद लाल, भाई नंद लाल। ए थोड़े एक बड़ी वड्डी गुण है जे जेड़ा दास ने पढ़िया। ਭਾਈ ਨੰਦ ਲਾਲ ਜੀ ਨੇ ਕਿਧਰੇ ਜਾਣਾ ਹੋਵੇ, ਕੋਈ ਕੰਮ ਕਰਨਾ ਹੋਵੇ, ਪਹਿਲੇ ਕਲਗੀਆਂਲੇ ਦੇ ਦਰਸ਼ਨ ਕਰਕੇ ਅਤੇ ਫਿਰ ਕੋਈ ਕੰਮ ਕਰਨਾ ਅਤੇ ਫਿਰ ਕਰਦੇ ਸੀ ਪਹਿਲੇ ਦਰਸ਼ਨ ਕਰਕੇ। ਆਖੋ ਸਤਨਾਮ। ਪਹਿਲੇ ਇੱਕ ਮਨ 'ਚ ਐਸਾ ਵਿਲ ਪਾਵਰ ਸੀ ਕਿ ਜੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਕੋਈ ਕੰਮ ਕਰਾਂਗਾ ਤਾਂ ਸਿੱਧਾ ਪਏਗਾ, ਜੇ ਉਹਨਾਂ ਦੇ ਦਰਸ਼ਨਾਂ ਤੋਂ ਬਿਨਾਂ ਤਾਂ ਫਿਰ ਉਹ ਕੰਮ ਮੇਰਾ ਸਿੱਧਾ ਹੀ ਨਹੀਂ ਪੈਣਾ। ਮੈਂ ਤੁਹਾਡੇ 'ਚੋਂ ਗੁਰਮੁਖ ਪਿਆਰਾ ਵੇਖਿਆ, ਉਹ ਜਦੋਂ ਸਵੇਰੇ ਉੱਠਦਾ ਨਾ ਜੋ ਵੀ, ਅਤੇ ਮੰਨ ਲਓ ਜਪਜੀ ਸਾਹਿਬ ਕਰ ਲਈ ਜੋ ਵੀ ਸਿਮਰਨ, ਹੁਣ ਕੋਈ ਫੋਨ ਆ ਗਿਆ, ਉਹਦੇ ਅੰਦਰ ਐਸਾ ਮਤਲਬ ਨਿਰਮਲ ਭੈ ਬਣਿਆ ਕਿ ਜਦ ਤੱਕ ਮੈਂ ਸੁਖਮਨੀ ਸਾਹਿਬ ਦੀਆਂ ਪਾਠ ਪੂਰਾ ਕਰਨਾ, ਪਰ 6 ਅਸ਼ਟਪਦੀਆਂ ਘੱਟ ਤੋਂ ਘੱਟ ਨਹੀਂ ਕਰ ਲਈਆਂ ਨਾ, ਉਸ ਤੋਂ ਪਹਿਲਾਂ ਜਿਹੜਾ ਫੋਨ ਸੁਣਿਆ ਤਾਂ ਕੋਈ ਨਾ ਕੋਈ ਬੁਰੀ ਖਬਰ ਆਉਣੀ। ਆਖੋ ਸਤਨਾਮ। ਉਹ ਪਹਿਲੇ ਕਰਦਾ ਫਿਰ ਫੋਨ, ਅਤੇ ਕਹਿੰਦਾ ਮੇਰੇ ਅੰਦਰ ਦੀ ਸ਼ਰਧਾ 6 ਅਸ਼ਟਪਦੀਆਂ ਕਰਕੇ ਸੁਣਨਾ, ਅਤੇ ਸਤਿਗੁਰੂ ਨੇ ਇਹੋ ਜਿਹਾ ਫੋਨ ਆਉਣ ਹੀ ਨਹੀਂ ਦੇਣਾ। ਸੁਣਦਾ ਹੀ ਇਹ ਭਾਈ ਨੰਦ ਲਾਲ ਜੀ ਦੇ ਅੰਦਰ ਇੱਕ ਐਸੀ ਸ਼ਰਧਾ ਸੀ ਕਿ ਪਹਿਲੇ ਕਲਗੀਧਰ ਦੇ ਦਰਸ਼ਨ, ਫਿਰ ਕੋਈ ਕਿਸੇ ਵੇਲੇ ਕੋਈ ਦੁਨਿਆਵੀ ਕੰਮ ਨਹੀਂ। ਅਤੇ ਇਹ ਲਿਖਿਆ ਇਤਿਹਾਸ 'ਚ, ਕਹਿੰਦੇ ਇੱਕ ਦਿਨ ਭਾਈ ਨੰਦ ਲਾਲ ਜੀ ਨੇ ਨਾ ਕਿਤੇ ਜਾਣਾ ਸੀ, ਹੁਣ ਮੰਨ ਲਓ ਦਰਸ਼ਨ ਕਰਨ ਜਾਂਦੇ ਸੀ 4 ਵਜੇ ਜਾਂ 3:30 ਵਜੇ ਜਾਂ 4:30 ਵਜੇ ਮਹਾਰਾਜ ਨੇ, ਹੁਣ ਉਹ ਦਿਨ ਜਾਣਾ ਸੀ 1:30 ਵਜੇ ਕਿਤੇ ਕੰਮ। ਮੈਂ ਅੰਦਾਜ਼ਾ ਟਾਈਮ ਦੱਸ ਰਿਹਾ, ਕਹਿੰਦੇ ਕਰੀਏ ਕੀ, ਕਲਗੀਧਰ ਮਹਾਰਾਜ ਦੇ ਅਜੇ ਦੀਵਾਨ ਦਾ ਟਾਈਮ ਨਹੀਂ, ਅਜੇ 1:30 ਵਜਾ, ਅਤੇ ਮੈਂ ਜਾਣਾ ਕਿਧਰੇ, ਕੀ ਕਰਾਂ। ਚਲੋ ਚਲੇ ਗਏ ਉੱਤੇ, ਅਤੇ ਇਤਿਹਾਸ 'ਚ ਲਿਖਿਆ ਵੀ ਕਲਗੀਧਰ ਮਹਾਰਾਜ ਕਮਰੇ ਵਿੱਚ ਅਭਿਆਸ ਕਰ ਰਹੇ ਸੀ ਸ਼ਬਦ ਦਾ। ਆਖੋ ਸਾਥ ਆਇਆ ਤਾਂ ਆਪ ਰੱਬ ਨੇ ਸ਼ਬਦ ਦਾ ਰੂਪ ਨੇ ਮਹਾਰਾਜ ਅਭਿਆਸ, ਹੁਣ ਸਮਝ ਲੈਣਾ। ਫਿਰ ਮਹਾਰਾਜ ਖੁੱਲ੍ਹੇ ਪੰਡਾਲ 'ਚ ਬਾਅਦ 'ਚ ਆਉਂਦੇ ਸੀ, ਪਹਿਲੇ ਜੋ ਆਪਣੇ ਅਭਿਆਸ ਮਹਾਰਾਜ ਬੈਠੇ। ਅਤੇ ਭਾਈ ਨੰਦ ਲਾਲ ਜੀ ਕਹਿੰਦੇ ਵੀ ਮੈਂ ਜਾਣਾ, ਅਤੇ ਦੀਵਾਨ ਦਾ ਟਾਈਮ ਹੈ 4:30 ਮਹਾਰਾਜ ਨੇ ਉਦੋਂ ਬਾਹਰ ਆਉਣਾ, ਅਤੇ ਜੇ 1:30 ਵਜਾ ਮੈਂ ਕੰਮ ਜਾਣਾ ਦਰਸ਼ਨ ਕਰਕੇ, ਅਤੇ ਆਉਂ ਪੋਲਾ ਜਾਣਾ ਬੂਹਾ ਖੜਕਾਇਆ। ਜਦੋਂ ਬੂਹਾ ਖੜਕਾਇਆ, ਜਿਹੜੇ ਕਮਰੇ 'ਚ ਅਭਿਆਸ ਕਰ ਰਹੇ ਸੀ ਕਲਗੀਧਰ, ਜਦੋਂ ਬੂਹਾ ਖੜਕਾਇਆ ਤੇ ਅੰਦਰੋਂ ਆਵਾਜ਼ ਆਈ ਕੌਣ ਹੈ, ਅੰਦਰੋਂ ਆਵਾਜ਼ ਆਈ ਕੌਣ ਹੈ, ਤੇ ਇਧਰੋਂ ਭਾਈ ਨੰਦ ਲਾਲ ਜੀ ਕਹਿੰਦੇ ਮੈਂ ਹਾਂ। ਸੁਣਿਓ ਜਰਾ ਕਰੀਬੀ, ਤੇ ਹਉਮੈ, ਅੰਦਰੋਂ ਆਵਾਜ਼ ਆਈ ਕੌਣ ਹੈ, ਇਧਰੋਂ ਭਾਈ ਨੰਦ ਜੀ ਕਹਿੰਦੇ ਮੈਂ ਹਾਂ, ਅੰਦਰੋਂ ਆਵਾਜ਼ ਆਈ ਜਿੱਥੇ ਮੈਂ ਏ ਉਹਦੇ ਵਾਸਤੇ ਗੁਰੂ ਦਾ ਬੂਆ ਨਹੀਂ ਖੁੱਲ੍ਹਦਾ। ਅੰਦਰੋਂ ਆਵਾਜ਼ ਆਈ ਜਿੱਥੇ ਅਜੇ ਮੈਂ ਹਾਂ, ਜਿੱਥੇ ਮੈਂ ਉੱਥੇ ਗੁਰੂ ਦਾ ਬੂਆ ਨਹੀਂ ਖੁੱਲ੍ਹਦਾ। ਹੋਏ ਹੋਏ, ਇੱਕ 1.5 ਮਿੰਟ ਦਾ ਜ਼ਿਕਰ ਏ, ਕਰਿਓ ਨਾਲ ਕਿਰਪਾ ਜੀ। ਕਰੀ
गलत हो गया। आपाएं कहंदे आप जी दे दास कृपा करो जी दे सेव। मैं की कहता मैं हां चलो हिम्मत कीती दोबारा बुआ खड़काया फिर आवाज आई कौन है पहले क्या थी मैं हां मारे क्या जिथे मैं गुरु का बुआ उ नहीं आते ऐसे नहीं खुलता हूँ दूजी वारी बुआ खड़काया तो अंदरों आवाज आई कौन है ते भाई नंद लाल जी कहते तू ही तू है पहले कहते मैं हाँ हूँ कहते तू ही तू है अंदरों पता की आवाज आई कहते ऐ जेड़ा तू ही तू है ना ऐ बोलिया ना अंदरों आवाज आई कहते ये चलाकी छुपी हुई है बहुत ध्यान देना उन्हें कहते तू ही तू है भाई नंद लाल अंदरों कलगी वाली आवाज आई कहते चलाकी छुपी हुई है जिदे जीवन में चलाकियां ते सियाणपा ने उहदे वास्ते भी गुरु का बुआ नहीं खुलता करो कृपा जी तीर्थ नहाइए ना तू आवे बस धरती ताइए ना तू आवे बस पोता दान दे ना तू आवे बस किते सियाण प्रमाण दईए गुरु दवावे पर घड़ी भजी जा रही है बहुत सियाणप जमका जिनी संगत भोलापन रखिया करो हाथ जोड़ के बेनती भोलापन रखिया बहुत ही सियाणप मारे थोड़ी बहुत डोरी छड़िया मैं वखरा सब्जेक्ट है जो उन्होंने कहा भी तू ही तू है गुरु गोबिंद सिंह कहते कहते लफज में चलाकी छुपी चलाकियां सियाणपा नाल गुरु का बुआ नहीं खुलता हूँ सुनियो गल मुकन लगी वो लिखा जी जिक्र इतिहास कहते भाई नंद लाल मायूस हो गए मायूस हो गए मायूस होके अखां च जल आ गया की कर बैठा अखां च जल आने तो बाद लफज लिखे होके आन लग पे हंजू वह तुरे होके आन लग पे जदों हंजू वह तुरे अंदरों आवाज आई दरवाजे ते कौन रो रहा है ध्यान देना आप साथ में दरवाजे ते कौन रो रहा है बारों भाई नंद लाल जी कहते जी पता नहीं कौन रो रहा है मैनू नहीं पता मैं कौन हाँ कृपा करो बुआ खोलो ते आज तक जिस नंद लाल नू ए पता ही नहीं लगा मैं कौन हाँ पहले बुआ खोल के आज मैनू दस दियो कौन रो रहा है मैनू पता ही नहीं मैनू समझ ही नहीं आ रही गुरु नू किवें रजावां आ सब फिनिश जो फिनिश हो गया मैनू एडे ज्ञानी सी ओ एडे ओ कमाल दे देखो गुरु ने होर फिनिश कृपा करो बुआ खोलो पहले मैनू तुसी दसो कलगी वाले मैं कौन की कवां किवें चलां हा हा मरन की देर सी
ਜਦੋਂ ਮਰ ਗਈ ਵੀ ਮੈਨੂੰ ਖੁਦ ਨੂੰ ਨਹੀਂ ਪਤਾ ਕੀ ਲਵਾਂ ਮੈਂ, ਤੂੰ ਹੀ ਤੂੰ ਕਹਿਤਾ ਵੀ ਝਿੜਕਾਂ ਪੈ ਗਈਆਂ, ਮੈਂ ਹਾਂ ਕਹਿਤਾ ਵੀ ਮੈਂ ਕੀ ਕਰਾਂ, ਕੀ ਬੋਲਾਂ, ਮੈਂ ਕੌਣ ਹਾਂ, ਕਿਵੇਂ ਚੱਲਾਂ, ਐਡਾ ਤੂੰ ਨਿਲ, ਐਡਾ ਤੈਨੂੰ ਕੁਛ ਵੀ ਨਹੀਂ ਪਤਾ। ਜਦੋਂ ਆਹ ਫਿਨਿਸ਼ ਹੋ ਗਿਆ, ਇਹ ਆ ਗਿਆ ਅੰਦਰ, ਨੰਦ ਲਾਲ ਤੈਨੂੰ ਕੱਖ ਨਹੀਂ ਪਤਾ, ਇਹ ਵੀ ਨਹੀਂ ਪਤਾ ਕੀ ਲਫ਼ਜ਼ ਗੁਰੂ ਦੇ ਬੂਹੇ ਦੇ ਬੋਲਣੇ। ਕਹਿੰਦੇ ਨਾਲ ਹੀ ਬੂਹਾ ਖੁੱਲ ਗਏ, ਹੱਥੋਂ ਸਤਨਾਮ, ਨਾਲ ਹੀ ਬੂਹਾ ਖੋਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਗਲਵੱਕੜੀ 'ਚ ਲੈ ਲਿਆ। ਕਹਿੰਦੇ ਇਹੋ ਭੇਤ ਨੰਦ ਲਾਲ ਜਿਹੜਾ ਅੱਜ ਮੈਂ ਤੈਨੂੰ ਦੇਣਾ ਚਾਹੁੰਦਾ ਸਾਂ, ਕਿ ਜਿਸ ਦਿਨ ਅੰਦਰੋਂ ਮੈਂ ਫਿਨਿਸ਼ ਹੋ ਗਈ, ਬੂਹੇ ਖੁੱਲ ਜਾਂਦੇ, ਆਖੋ ਸਤਨਾਮ, ਜਿੱਦਣ ਜਿੱਦਣ ਆ ਫਿਨਿਸ਼ ਹੋ ਗਿਆ, ਮੈਂ ਕੁਝ ਨਹੀਂ, ਉਦੋਂ ਬੂਹੇ ਖੁੱਲ ਜਾਂਦੇ। ਇਹ ਜਿੰਨੀ ਸੰਗਤ ਤੁਹਾਡੇ 'ਤੇ ਸਤਿਗੁਰੂ ਕਿਰਪਾ ਕਰਨ, ਇਹ 12ਵੀਂ ਕਲਾਸ ਹੈ ਬਾਬੇ ਨਾਨਕ ਦੇ ਸਕੂਲ ਦੀ, ਕਿ ਸਭ ਤੋਂ ਵੱਡਾ ਰੋਗ ਹਉਮੈ ਦਾ ਇਹ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੈ। ਕਰ ਕਿਰਪਾ ਪ੍ਰਭ ਸਾਰ ਕੇ ਦੇਖਾਂ ਤਾਂ ਮੇਰਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5,000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਅਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ, ਲੋੜਵੰਦ ਬੱਚਿਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ, ਅਤੇ ਨਾਲ ਹੀ ਨੌਜਵਾਨ ਬੱਚੇ ਬੱਚਿਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰੱਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰੱਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ, ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰੱਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765-25850। ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ, ਧਾਰਮਿਕ ਰਸਾਲਾ, ਸਿਫਤ ਸਲਾਹ, ਇਸ ਵਿੱਚ ਅਧਿਆਤਮਿਕ ਵਿਚਾਰ, ਪੰਜ ਖੰਡ ਕੀ ਹਨ, ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ, ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ ਵੱਡੇ ਅਸਰ, ਅਨਮੋਲ ਵਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ, ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ।
रसाला बुक करवाने संपर्क करो 98765 25850।